ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਜੀ ਹੋ। ਅੱਜ ਦਾ ਇਹ ਵਿਸ਼ੇਸ਼ ਇਕੱਠ ਜਿਹੜਾ ਕਿ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਜੋ ਘਟਨਾਵਾਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਨਮੀ ਦੀਆਂ ਵਾਪਰ ਰਹੀਆਂ ਨੇ, ਜਿਸ ਨੂੰ ਪੰਜਾਬ ਦੀ ਧਰਤੀ ਤੇ ਗੁਰੂ ਕੇ ਲਾਡਲਿਆਂ ਨੇ ਸ਼ਹੀਦੀਆਂ ਦੇ ਕੇ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਵੱਲੋਂ ਬਾਹਰ ਨਿਕਲ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗੁਰੂ ਦੀ ਆਵਾਜ਼ ਅੱਜ ਸੁਣਾਈ ਦਿੰਦੀ ਹੈ, ਉਹਨੇ ਉਹ ਮਾਹੌਲ ਬਦਲ ਕੇ ਰੱਖ ਦਿੱਤੇ। ਕੁਛ ਸਮਾਂ ਪਹਿਲਾਂ ਤੱਕ ਇਹ ਸੁਣਨ ਨੂੰ ਮਿਲਦਾ ਸੀ ਪੰਜਾਬ ਦੀ ਅੱਧਿਓ ਵੱਧ ਜਵਾਨੀ ਨਸ਼ਿਆਂ ਦੇ ਹਵਾਲੇ, ਉੱਥੇ ਕੋਈ ਰਾਧਾ ਸੁਆਮੀ ਹੈ, ਕੋਈ ਨਰਕਧਾਰੀ ਹੈ, ਕੋਈ ਆਸ਼ੂਤੋਸ਼ ਦਾ ਚੇਲ ਹੈ, ਕੋਈ ਸੌਦਾ ਸਾਹਿਬ ਦਾ ਚੇਲ ਹੈ। ਤੇ ਮਨ ਚ ਵਿਚਾਰ ਆਉਂਦਾ ਸੀ ਕਿ ਕਦੇ ਭਾਈ ਦਿਲ ਸਿੰਘ ਹੋਰਾਂ ਨੇ ਇਹ ਸ਼ਬਦ ਕਹੇ ਸਨ, ਔਰ ਇਹ 1849 ਚ ਸਿੱਖ ਰਾਜ ਜਾਣ ਤੋਂ ਬਾਅਦ ਦੇ ਮਾਹੌਲ ਨੂੰ, ਸਿੰਘ ਸਭਾ ਲਾਇਬ ਤੋਂ ਪਹਿਲਾਂ ਦੇ ਉਸ ਦ੍ਰਿਸ਼ ਨੂੰ ਉਹਨਾਂ ਨੇ ਬਿਆਨਿਆ ਸੀ ਕਿ ਸਿੱਖ ਅੱਜ ਕਿੰਨੇ ਜਾਂ ਕਿਉਂ ਜੇ ਰਹਿ ਗਏ ਨੇ। ਤੇ ਭਾਈ ਦਿਲ ਸਿੰਘ ਨੇ ਕਿਹਾ ਸੀ ਕੁੱਝ ਅੰਨ ਦੇ, ਕੁੱਝ ਧਨ ਦੇ, ਕੁੱਝ ਪਹਾੜਾਂ ਵਾਲੀ ਰੰਨ ਦੇ, ਕੁੱਝ ਢੋਲ ਢਮੱਕਾ ਸਰਵਰ ਦਾ, ਕੁੱਝ ਹਿੜਵਸ ਬਾਬੇ ਨਾਨਕ ਦੀ। ਤੇ ਬਾਬੇ ਨਾਨਕ ਦੀ ਤਾਂ ਹਿੜਵਸ ਹੈ ਬਹੁਤ ਸਾਰਿਆਂ ਦੇ, ਅੰਨ ਖਾਣਾ ਹੈ, ਧਨ ਕਮਾਉਣਾ ਹੈ ਜਾਂ ਦੇਵੀ ਦੇ ਪੁਜਾਰੀ, ਉਹੀ ਰਹਿ ਗਏ ਨੇ। ਤੇ ਉਹ ਲੱਗਦਾ ਸੀ ਕਿ ਜੋ ਪੰਜਾਬ ਤੋਂ ਖਬਰਾਂ ਆ ਰਹੀਆਂ ਨੇ ਉੱਥੇ ਤਾਂ ਅੱਜ ਇਹ ਜਾਪਦਾ ਕਿ ਬਾਬੇ ਨਾਨਕ ਦੀ ਹਿੜਵਸ ਵੀ ਪਤਾ ਨੀ ਕਿੰਨੀ ਛੋਟੀ ਤਾਦਾਦ ਚ ਹੈ, ਪਰ ਅੱਜ ਪੰਜਾਬ ਬੋਲਿਆ, ਅੱਜ ਉਹ ਗੁਰੂ ਦੀ ਕਲਾ ਜ਼ਾਹਰ ਤੌਰ ਦੇ ਉੱਤੇ ਸਾਹਮਣੇ ਆਈ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ, ਸ਼ਹੀਦੀ ਦੇ ਕੇ ਆਪਣੀ ਕੌਮ ਨੂੰ ਇੱਕ ਵਾਰ ਫਿਰ ਖੜਾ ਕੀਤਾ, ਔਰ ਇਸ ਦਾ ਹੀ ਨਤੀਜਾ ਕਿ ਅੱਜ ਦੁਨੀਆਂ ਦੇ ਹਰ ਕੋਨੇ 'ਚ ਬੇਸ਼ੱਕ ਕਿਸ ਤਰੀਕੇ ਨਾਲ ਅਸੀਂ ਰਿਸਪੋਂਡ ਕਰਨੇ, ਭਵਿੱਖ ਦੇ ਵਿੱਚ ਸਾਡਾ ਰਾਹ ਦਸੇਰਾ ਕਿਵੇਂ ਬਣੇ, ਕਿਹੜਾ ਸਿਸਟਮ ਸਾਹਮਣੇ ਆਏ, ਇਹ ਹਮੇਸ਼ਾ ਹੀ ਇਹ ਚੀਜ਼ਾਂ ਡਿਬੇਟਸ ਚੋਂ ਨਿਕਲਦੀਆਂ ਨੇ, ਡਿਸਕਸ਼ਨ ਚੋਂ ਨਿਕਲਦੀਆਂ ਨੇ, ਵਿਚਾਰ ਚੋਂ ਨਿਕਲਦੀਆਂ ਨੇ। ਔਰ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਕਿ ਜਦੋਂ ਤੱਕ ਅਸੀਂ ਇੱਕ ਦੂਸਰੇ ਦੇ ਨਾਲ ਵਿਚਾਰ ਦਾ ਸਹਾਰਾ ਨਹੀਂ ਲੈਂਦਾ, ਜਦ ਤੱਕ ਦੁਨੀਆਂ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ, ਇਹ ਡਿਬੇਟ ਦੀ ਗੱਲ, ਡਿਸਕਸ਼ਨ ਦੀ ਗੱਲ, ਵਿਚਾਰ ਗੋਸ਼ਟੀਆਂ ਦੀ ਗੱਲ, ਇਸ ਨੂੰ ਹੀ ਅੱਜ ਨਾਰਥ ਅਮਰੀਕਾ ਦੀਆਂ ਸਿੱਖ ਸੰਗਤਾਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਇਸ ਰੂਪ ਵਿੱਚ ਇਕੱਠੇ ਹੋ ਕੇ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਨੂੰ ਅੱਜ ਹੀ ਇੱਥੇ ਆਏ ਦੱਸਿਆ ਗਿਆ ਕਿ ਮੈਂ ਅਕਾਲਪੁਰਖ ਸਾਹਿਬ ਬਾਰੇ ਕੁਛ ਕਹਾਂ, ਤੇ ਮੈਂ ਸਮਝਦਾ ਮੇਰੇ ਬਾਅਦ ਵੀਰ ਹਰਿੰਦਰ ਸਿੰਘ ਹੋਰਾਂ ਨੇ ਸਰਬੱਤ ਖਾਲਸਾ ਦੀ ਗੱਲ ਕਰਨੀ। ਇਹ ਦੋਵੇਂ ਚੀਜ਼ਾਂ ਇੰਟਰਵਾਈਨ ਨੇ, ਜੁੜੀਆਂ ਹੋਈਆਂ ਨੇ। ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਡਿਸਕਸ਼ਨ ਚ ਜਦੋਂ ਪੁੱਛਦੇ ਨੇ ਕਿ ਸਿੱਧ ਪੁੱਛਣ ਸੁਣ ਵਾਲਿਆ ਕੌਣ ਸ਼ਕਤ ਤੁਧ ਕਿੱਥੇ ਲਿਆਈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਕਾਇ। ਹੁਣ ਇੱਥੋਂ ਹੀ ਸਰਬੱਤ ਖਾਲਸਾ ਦੀ ਗੱਲ ਵੀ ਸ਼ੁਰੂ ਹੋ ਜਾਂਦੀ ਹੈ। ਅਕਾਲ ਤਖ਼ਤ ਦਾ ਆਧਾਰ ਵੀ ਗੁਰੂ ਨਾਨਕ ਸਾਹਿਬ ਦੀ ਇਸ ਸਟੇਟਮੈਂਟ ਚ ਹੈ। ਸਿੱਧ ਪੁੱਛਦੇ ਨੇ ਕਿ ਇਹ ਬਾਲਕ, ਇਹ ਬੱਚੇ, ਉਹ ਆਪ ਬੁਢੇਪੇ ਚ ਬੈਠੇ ਆਪਣੇ ਆਪ ਨੂੰ ਓਵਰਪੈਕਟਾਈਜ਼ ਕਰਨ ਦੀ ਵੀ ਗੱਲ ਹੁੰਦੀ ਹੈ। ਜਦੋਂ ਬਾਦਲ ਨੂੰ ਕੋਈ ਜਿਹੜਾ ਉਹ ਪੁਆਇੰਟਡ ਸਵਾਲ ਪੁੱਛ ਰਿਹਾ ਤੇ ਉਹ ਅੱਗੋਂ ਕਹਿੰਦਾ ਬੈਠ ਜਾ ਕਾਕਾ ਬੈਠ ਜਾ, ਜਿੰਨੀ ਤੇਰੀ ਉਮਰ ਹੈ, ਇਹਨਾਂ ਦੇ ਕਿੰਨੇ ਸਾਲ ਮੈਨੂੰ ਸਿਆਸਤ 'ਚ ਹੋ ਗਏ ਨੇ, ਇਹ ਪੈਟਰਨਾਈਜ਼ਿੰਗ ਤਰੀਕਾ ਹੁੰਦਾ ਕਿਸੇ ਨੂੰ ਚੁੱਪ ਕਰਾਉਣ ਦਾ। ਸੋ ਜੇ ਸਿੱਧਾ ਨੇ ਬਾਲਕ ਕਹਿ ਕੇ ਗੁਰੂ ਨਾਨਕ ਸਾਹਿਬ ਨੂੰ ਐਡਰੈਸ ਕੀਤਾ ਤੇ ਜਵਾਬ ਦਾ ਪਹਿਲਾ ਹਿੱਸਾ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਏ ਕਿ ਗੁਰ ਸੰਗਤ, ਔਰ ਹੁਣੇ ਜਦੋਂ ਅਸੀਂ ਗੁਰ ਸੰਗਤ ਦੀ ਗੱਲ ਕਰਦੇ ਹਾਂ, ਇਹੀ ਸੰਗਤ ਦਾ ਕਾਨਸੈਪਟ ਜਦੋਂ ਭੱਟ ਕਹਿੰਦੇ ਨੇ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਏ। ਤੇ ਇਹੀ ਗੁਰ ਸੰਗਤ ਹੈ, ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੋਹਿਲ। ਗੱਲ ਮੀਰੀ ਤੇ ਪੀਰੀ ਦੀ ਜਦੋਂ ਅਸੀਂ ਹਰਿਮੰਦਰ ਸਾਹਿਬ ਔਰ ਅਕਾਲ ਤਖ਼ਤ ਸਾਹਿਬ ਉਹਨਾਂ ਨੂੰ ਆਪਣੇ ਧਿਆਨ ਚ ਲਿਆਂਦੇ ਤੇ ਸਾਡੇ 20ਵੀਂ ਸਦੀ ਦੇ ਬਹੁਤ ਵੱਡੇ ਸਕਾਲਰ ਸਰਦਾਰ ਕਪੂਰ ਸਿੰਘ ਇਸ ਪਾਠ ਨੂੰ ਬਿਆਨਦੇ ਨੇ ਕਿ ਹਰਿਮੰਦਰ ਸਾਹਿਬ ਤੋਂ ਠੀਕ 84 ਕਦਮਾਂ ਦੀ ਵਿੱਤ ਤੇ ਅਕਾਲ ਤਖ਼ਤ ਹੈ, ਔਰ ਉਸ ਵੇਲੇ ਦਿੱਲੀ ਤਖ਼ਤ ਜ਼ਾਹਰ ਹੈ
ਤਾਂ ਸੋਵਰਨਿਟੀ ਦਾ ਚਿੰਨ੍ਹ ਹੈ, ਬਾਦਸ਼ਾਹਤ ਦਾ ਚਿੰਨ੍ਹ ਹੈ। ਇਸ ਦੇ ਲਈ ਸ਼ਬਦ ਉੱਥੋਂ ਦੇ ਡਾਇਲੈਕਟ ਦੇ ਵਿੱਚ ਬਹੁਤ ਵਾਰੀ ਸਿੰਘਾਸਨ ਸ਼ਬਦ ਵਰਤਿਆ ਜਾਂਦਾ, ਪਰ ਬੇਸ਼ੱਕ ਅੱਜ ਵੀ ਬਹੁਤ ਵਾਰ ਅਸੀਂ ਸਿੰਘ ਸ਼ਬਦ ਸ਼ੇਰ ਨਿਡਰ ਨਿਰਭਉ ਦੇ ਅਰਥ ਚ ਵਰਤਦੇ, ਪਰ ਮੈਂ ਦੇਖਦਾ ਕਿ ਸਿੰਘ ਸਵਾਵਲੰਬੀ ਹੈ, ਕਿਉਂਕਿ ਜਿਸ ਨੂੰ ਅਸੀਂ ਤਖਤ ਕਹਿੰਦੇ ਹਾਂ ਉਸ ਦੇ ਲਈ ਲੋਕਲ ਡਾਇਲੈਕਟ ਹੈ ਸਿੰਘਾਸਨ, ਸਿੰਘ ਦਾ ਆਸਨ। ਹੁਣ ਸਿੰਘ ਸਵਾਵਲਨ ਹੈ, ਬਾਦਸ਼ਾਹ ਸਿੰਘਾਸਨ ਤੇ ਬੈਠਦੇ ਨੇ, ਉਹਨਾਂ ਦੀ ਤਖਤਪੋਸ਼ੀ ਹੁੰਦੀ ਤੇ ਸਿੰਘਾਸਨ ਉਸ ਪਾਰਟ ਨੂੰ ਹੀ ਰਿਫਲੈਕਟ ਕਰਦੇ ਜਿਹੜਾ ਸਾਡੀ ਹੋਰ। ਜਦੋਂ ਆਤਖਤ ਦੀ ਅਸੀਂ ਗੱਲ ਕਰਦੇ, ਗੁਰੂ ਨਾਨਕ ਸਾਹਿਬ ਨੇ ਉਸ ਦਾ ਫਰੇਮਵਰਕ ਲੇ ਕਰ ਦਿੱਤਾ ਸੀ, ਪਰ ਇਹੀ ਕਾਰਨ ਹੈ ਕਿ ਪੱਟ ਜਦੋਂ ਗੁਰੂ ਨਾਨਕ ਸਾਹਿਬ ਨੂੰ ਡਿਸਕ੍ਰਾਈਬ ਕਰਦੇ ਨੇ ਰਾਜ ਯੋਗ ਜਿਨ ਮਾੜੇ, ਗੁਰੂ ਨਾਨਕ ਰਾਜੇ ਵੀ ਨੇ, ਬਾਦਸ਼ਾਹ ਵੀ ਨੇ, ਜੋਗੀ ਵੀ ਨੇ। ਤੇ ਇਹ ਰਾਜ ਯੋਗ ਦੀ ਗੱਲ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਦਿੱਲੀ ਤਖਤ ਤੋਂ 2 ਫੁੱਟ ਉੱਚਾ 12 ਫੁੱਟ ਦਾ ਉਹ ਜਿਹੜਾ ਜਿਹਨੂੰ ਚਬੂਤਰਾ ਵੀ ਸਾਡੀਆਂ ਰਵਾਇਤਾਂ ਚ ਕਿਹਾ ਜਾਂਦਾ, ਉਹ ਸਥਾਪਿਤ ਕੀਤਾ ਜਾਂਦਾ। ਔਰ ਉਸ ਦੇ ਵਿੱਚ ਇੱਕ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਸਾਡੀ ਰਵਾਇਤ ਸਾਨੂੰ ਦੱਸਦੀ ਹੈ ਕਿ ਨਹੀਂ ਰਾਜ ਨਾ ਹੱਥ ਲਗਾਇਓ ਬੁੱਢੇ ਤੇ ਗੁਰਦਾਸ ਬਣਾਇਓ। ਹੁਣ ਹਰਿਮੰਦਰ ਸਾਹਿਬ ਦੀ ਨੀਂਹ ਸਾਈਮੀਆਂ ਵੀ ਰੱਖਦੇ ਨੇ, ਦੂਰ ਦਰੇਡਿਓ ਸੰਗਤਾਂ ਦੇ ਨਾਲ ਸਿੱਖ ਵੀ ਨੇ, ਮੁਸਲਮਾਨ ਵੀ ਨੇ, ਹਿੰਦੂ ਵੀ ਨੇ, ਉਸ ਦੀ ਕਾਰ ਸੇਵਾ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਹੁਣ ਅਕਾਲ ਤਖਤ ਸਾਹਿਬ ਦੇ ਲਈ ਸਿਰਫ ਨੀਂਹ 6ਵੇਂ ਪਾਤਸ਼ਾਹ ਰੱਖਦੇ ਨੇ, ਇੱਟਾਂ ਬਾਬਾ ਬੁੱਢਾ ਜੀ ਫੜਾਉਂਦੇ ਨੇ, ਗਾਰਾ ਭਾਈ ਗੁਰਦਾਸ ਜੀ ਤਿਆਰ ਕਰਦੇ ਨੇ। ਹੁਣ ਇਹ ਬੜੀ ਅਹਿਮੀਅਤ ਵਾਲੀ ਗੱਲ ਹੈ, ਪਰ ਮੈਨੂੰ ਕਈ ਵਾਰ ਇਸ ਗੱਲ ਵੱਲ ਦੇਖ ਕੇ ਫਖਰ ਤੇ ਆਪਣੇ ਆਪ ਨੂੰ ਐਨਾਲਿਟੀਕਲ ਮਾਈਂਡ ਸੈਟ ਚ ਵੀ ਲਿਜਾਂਦੇ। ਭਾਈ ਗੁਰਦਾਸ ਸਾਡੇ ਬਹੁਤ ਵੱਡੇ ਸਕਾਲਰ ਹੋਏ, ਉਹਨਾਂ ਨੇ ਆਦ ਬੀੜ ਲਿਖੀ, ਉਹਨਾਂ ਦੀਆਂ ਵਾਰਾਂ ਸਾਡੇ ਇਤਿਹਾਸ ਦਾ ਮੁੱਢਲਾ ਸੋਮ ਹੈ। ਔਰ ਜੇ ਭਾਈ ਗੁਰਦਾਸ ਜੀ ਨੇ ਕਵਿਤ ਸਵੇਰੀਏ ਬ੍ਰਜ ਭਾਸ਼ਾ ਜਿਹੜੇ ਸਾਡੇ ਪੰਥ ਬਹੁਤ ਘੱਟ ਪ੍ਰਚਲਿਤ ਨੇ ਤੁਸੀਂ ਪੜ੍ਹੋ, ਤੇ ਮੈਂ ਸਮਝਦਾ ਵੀ ਉਸ ਲੈਵਲ ਦੀ ਰਚਨਾ ਬ੍ਰਿਜ ਭਾਸ਼ਾ ਕਿਤੇ ਵੀ ਨਹੀਂ। ਅਸੀਂ ਉਹਨਾਂ ਨੂੰ ਨਹੀਂ ਓਨ ਕੀਤਾ, ਕਿਤੇ ਹਿੰਦੀ ਲਿਟਰੇਚਰ ਨੇ ਕੀਤਾ ਹੁੰਦਾ ਤੇ ਉਹਨਾਂ ਦੇ ਸਾਹਮਣੇ ਉਹਨਾਂ ਦਾ ਸਾਰਾ ਲਿਟਰੇਚਰ ਸ਼ਰਮਿੰਦਾ। ਹੁਣ ਭਾਈ ਗੁਰਦਾਸ ਜੀ ਨੇ ਉਹਨਾਂ ਦਾ ਕੋਈ ਸ਼ਸਤਰਾਂ ਨਾਲ ਜੋੜ ਹੋਣਾ ਕਿਤੇ ਸਾਹਮਣੇ ਨਹੀਂ ਆਉਂਦਾ, ਪਰ ਨਾ ਸਿਰਫ ਉਹ ਅਕਾਲ ਤਖਤ ਦੀ ਸੱਜਣਾ ਦੇ ਵਿੱਚ ਆਪਣੇ ਹੱਥ ਲਗਾਉਂਦੇ ਨੇ, ਉਹ ਪਹਿਲੇ ਸੇਵਾਦਾਰ ਵੀ ਨੇ ਅਕਾਲ ਤਖਤ। ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ, ਜਿਹਨਾਂ ਬਾਰੇ ਕੋਈ ਐਸੀ ਲਿਖਤ ਨਹੀਂ ਮਿਲਦੀ ਕਿ ਉਹਨਾਂ ਨੇ ਬਾਣੀ ਰਚੀ ਹੋਏ, ਲੇਕਿਨ ਇਸ ਗੱਲ ਦੇ ਬਾਵਜੂਦ ਕਿ ਜਦੋਂ ਅਸੀਂ ਬਾਬਾ ਬੁੱਢਾ ਤੇ ਗੁਰਦਾਸ ਜੀ ਦਾ ਪਾਠ ਦੇਖਦੇ, ਬਾਬਾ ਬੁੱਢਾ ਜੀ ਬਾਰੇ ਸਾਡੀ ਰਵਾਇਤ ਦੱਸਦੀ ਹੈ ਕਿ ਉਹਨਾਂ ਨੇ 6ਵੇਂ ਪਾਤਸ਼ਾਹ ਨੂੰ ਸ਼ਸਤਰਾਂ ਦੀ ਟ੍ਰੇਨਿੰਗ ਦਿੱਤੀ ਹੈ, ਸ਼ਸਤਰ ਵਿਦਿਆ ਦਿੱਤੀ ਹੈ, ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨਾਈਆਂ। ਹੁਣ ਸ਼ਸਤਰ ਵਿਦਿਆ ਦੇਣ ਵਾਲੇ, ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨਾਉਣ ਵਾਲੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਪੜ੍ਹਦੇ ਨੇ, ਤੇ ਬਾਣੀ ਨੂੰ ਉਸ ਸਪਿਰਚੁਅਲਿਟੀਅਮ ਚ ਜਾ ਕੇ ਗੁਰੂ ਨੂੰ ਸਾਂਗੋ ਪਾਂਗ ਦੇਖ ਕੇ ਇਸ ਕਦਰ ਫੇਰ ਕਿ ਜੇ ਗੁਰ ਪਰਮਾਏ ਸਾਂਗ ਕਰਕੇ ਆ ਸਿੱਖ ਵਿਚਾਰ, ਉਹ ਭਾਈ ਗੁਰਦਾਸ ਅਕਾਲ ਤਖਤ ਸਾਹਿਬ ਦੇ ਪਹਿਲੇ ਸੇਵਾਦਾਰ ਬਣਦੇ ਨੇ। ਇਹ ਜਿਹੜਾ ਮੀਰੀ ਪੀਰੀ ਦਾ ਕੰਬੀਨੇਸ਼ਨ ਹੈ, ਔਰ ਇਹਨੂੰ ਕਦੇ ਵੀ ਕੋਈ ਸੈਪਰੇਟ ਨਹੀਂ ਕਰ ਸਕਦਾ। ਸੈਪਰੇਟ ਕਰਨ ਦਾ ਮਤਲਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ ਦੀ ਕਿਰਪਾਨ ਨੂੰ ਕੋਈ ਹੱਥ ਲਾਉਣ ਦਾ ਯਤਨ ਕਰੇ। ਇਹ ਗੱਲ ਮੁੱਢਲੇ ਤੌਰ ਤੇ ਸਮਝਣ ਵਾਲੀ ਹੈ ਕਿ 2 ਫੁੱਟ ਉੱਚਾ ਦਿੱਲੀ ਤਖਤ ਉਸ ਤਖਤ ਦਾ ਰੱਖਣਾ ਉਹਦਾ ਸਿੰਬੋਲਿਜ਼ਮ ਹੈ ਕਿ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਸਵੇਰੀਏ ਪੜ੍ਹਦੇ ਹਾਂ, ਭਾਰੀ ਭੁਜਾਨ ਕੇ ਕੂਪ ਭਲੀ ਵਿੱਚ ਨਿਆਵਤ ਸੀਸ ਨਾ ਜਾਤ ਵਿਚਾਰੇ, ਇੱਥੇ ਪੈ ਤੋਂ ਕਹਾਂ ਪੈ ਕੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਮਾਈਟੀ ਕਿੰਗਸ, ਭਾਰੀਆਂ ਭੁਜਾਵਾਂ ਵਾਲੇ, ਕਿੰਨੀ ਉਹਨਾਂ ਦੀ ਰਿਹਾ ਹੈ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਕਿੱਥੇ ਨੇ ਉਹ ਰਾਜੇ। ਸੋ ਇਹ ਅਕਾਲ ਦਾ ਤਖਤ, ਥਰੋਨ ਆਫ ਦਾ ਇਮੋਰਟਲ, ਸਾਰੇ ਰਾਜੇ ਬਾਦਸ਼ਾਹ ਅਕਾਲ ਦਾ ਖਾਜਾ ਨੇ, ਇਹ ਅਕਾਲ ਦਾ ਤਖਤ ਹੈ। ਅਕਾਲ ਦੇ ਹੁਕਮ ਦੇ ਵਿੱਚ ਰਵੀਲ ਹੁੰਦੇ ਔਰ ਇਹ ਮੈਸੇਜ ਦਿੰਦੇ, ਔਰ ਅਕਾਲ ਤਖਤ ਦਾ ਪਹਿਲਾ ਹੁਕਮਨਾਮੇ, ਔਰ ਉਸ ਤੋਂ ਪਹਿਲਾਂ ਵੀ ਜਦੋਂ ਅਕਾਲ ਤਖਤ ਸਾਹਿਬ ਤੇ ਮੀਰੀ ਪੀਰੀ ਦੀਆਂ ਸਤਿਗੁਰ ਕਿਰਪਾਨਾਂ ਪਹਿਨਦੇ ਨੇ, ਤੇ ਸਾਡੇ ਇਤਿਹਾਸ ਦੇ ਪਹਿਲੇ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ। ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਅੱਜ ਜਿਹੜੀ ਅਵੇਕਨਿੰਗ ਹੈ, ਬਹੁਤ ਵਾਰ ਅਸੀਂ ਸ਼ਿਕਾਇਤ ਕਰਦੇ ਹਾਂ ਆਪਣੇ ਪ੍ਰਚਾਰਕਾਂ ਤੋਂ, ਸੰਤਾਂ ਤੋਂ, ਦੂਸਰਿਆਂ ਤੋਂ ਕਿ ਜੀ ਕੋਈ ਬੋਲਦਾ ਨਹੀਂ, ਕੋਈ ਕੁਝ ਨਹੀਂ ਹੈ, ਕੋਈ ਸ਼ੱਕ ਨਹੀਂ ਹੈ।
ਅੱਜ ਉਹ ਪ੍ਰਚਾਰਕ, ਉਹ ਸੰਤ, ਉਹ ਬਾਬੇ ਕਦੇ ਝਗੜੇ ਸੀ, ਟਕਸਾਲ ਹੈ, ਮਿਸ਼ਨਰੀ ਹੈ, ਕੀ ਹੈ, ਸਾਰੇ ਆ ਕੇ ਸੜਕਾਂ ਤੇ ਬਹਿ ਕੇ, ਕਿਉਂਕਿ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉਹ ਕਿਸ ਕਦਰ ਬੇਅਦਬ ਕਰਨ ਦੀ ਲਾਈਨ ਨਾਗਪੁਰ ਵਾਲਿਆਂ ਨੇ ਬਣਾਈ ਹੋਈ ਹੈ ਕਿ ਉਹ ਸਿਲਸਿਲਾ ਅੱਜ ਤੱਕ ਵੀ ਜਾਰੀ। ਪਰ ਉਸ ਸਾਡੇ ਦੋ ਢਾਡੀਆਂ ਨੇ, ਭਾਈ ਨੱਥਾ ਸੁਰਸੇ ਦੇ ਰਹਿਣ ਵਾਲੇ ਤੇ ਭਾਈ ਅਬਦੁੱਲਾ ਸੁਲਤਾਨਗੜ੍ਹ ਦੇ ਰਹਿਣ ਵਾਲੇ, ਉਹ ਪਹਿਲੀ ਢਾਡੀ ਮਾਰ ਕਹਿੰਦੇ ਨੇ ਕਿ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਾਣਦੀ। ਇਹ ਹੁਣ ਲਾਈਨ ਡਰਾ ਹੋ ਗਈ। ਇੱਕ ਪਾਸੇ ਦਿੱਲੀ ਤਖ਼ਤ ਹੈ, ਉਸ ਵੇਲੇ ਜਹਾਂਗੀਰ ਬਾਦਸ਼ਾਹ ਉਹ ਰਿਪ੍ਰੈਜੈਂਟ ਕਰਦੇ, ਤੇ ਇੱਥੇ ਅਕਾਲ ਤਖ਼ਤ ਦੇ ਉੱਤੇ ਉਹ ਦਸਤਾਰ, ਉਹ ਦੋ ਕਿਰਪਾਨਾਂ, ਇਹ ਲਾਈਨ ਡਰਾ ਕਰ ਦਿੰਦੀਆਂ ਨੇ ਕਿ ਇਹ ਅਜ਼ਮਤ ਤੇ ਰਾਜ। ਪਰਮੇਸ਼ਰ ਇਹ ਕਿਹਾ ਗਿਆ ਜਾਂ ਕਿਹਾ ਜਾਂਦਾ ਹੈ ਕਿ ਜੇ ਅਸੀਂ ਸਿਰਫ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੱਕ ਦੀ ਗੱਲ ਕਰਨੀ ਹੈ, ਅਕਾਲ ਤਖ਼ਤ ਸਾਹਿਬ ਨੂੰ ਡਿਬੇਟ ਕਿਵੇਂ ਕਰਾਇਆ ਜਾਏ, ਇਸ ਦੀ ਗੱਲ ਕਰਨੀ ਅੰਡਰਸਟੈਂਡੇਬਲ ਹੈ ਕਿ ਅਸੀਂ ਸਭ ਨੂੰ ਨਾਲ ਜੋੜਨਾ ਚਾਹੁੰਦੇ ਹਾਂ। ਪਰ ਸੱਚ ਨੂੰ ਢੱਕ ਕੇ ਅਸੀਂ ਕਿਵੇਂ ਸੱਚ ਤੱਕ ਪਹੁੰਚ ਸਕਾਂਗੇ ਜਾਂ ਸੱਚ ਨੂੰ ਫੇਸ ਕਰਾਂਗੇ? ਜ਼ਾਹਰ ਹੈ ਪਹਿਲਾ 52 ਜਿਹੜੇ ਸਿਕਿਉਰਿਟੀ ਗਾਰਡ ਕਹਿ ਲਓ, ਉਹਨਾਂ ਦੀ ਫਸਟ ਆਰਮੀ ਕਹਿ ਲਓ, ਜਾਂ ਭਵਿੱਖ ਦੀ ਸਿੱਖ ਫੌਜ ਦਾ ਪਹਿਲਾ ਨਿਊਕਲੀਅਸ 52 ਜਿਹੜੇ ਸਿੱਖ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਦੀ ਅੰਦਰ ਚੱਲਦੇ ਨੇ। ਔਰ ਪਹਿਲਾ ਅੱਜ ਅਕਾਲ ਤਖ਼ਤ ਨੂੰ ਤੁਸੀਂ ਕੋਈ ਪੀਰੀ ਦੀ ਥਾਂ ਨਹੀਂ ਕਹਿ ਸਕਦੇ, ਉਹ ਸੀਟ ਆਫ ਦਾ ਟੈਂਪਰਲ ਹੈ, ਮੀਰੀ ਦੀ ਗੱਲ ਹੈ। ਤੇ ਪਹਿਲਾ ਹੁਕਮਨਾਮਾ ਅਕਾਲ ਤਖ਼ਤ ਦੇ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਹੜਾ ਵੀ ਖੁਸ਼ੀਆਂ ਲੈਣਾ ਚਾਹੁੰਦਾ ਹੈ ਗੁਰੂ ਦੀਆਂ, ਉਹ ਆਪਣੀ ਜਵਾਨੀ ਭੇਟ ਕਰੇ, ਵਧੀਆ ਘੋੜਾ ਗੁਰੂ ਸਾਹਿਬ ਨੂੰ ਜਿਹੜਾ ਉਹ ਭੇਟ ਕਰੇ, ਤੇ ਵਧੀਆ ਸ਼ਸਤਰ ਹੋਵੇ। ਸੋ ਅਸੀਂ ਸਮਝਦੇ ਹਾਂ ਵੀ ਇਸ ਨੇ ਲੇ ਕਰ ਦਿੱਤਾ ਉਹ ਗਰਾਊਂਡ ਵਰਕ, ਤੇ ਲਗਭਗ 4 ਸਦੀਆਂ ਦਾ ਅਕਾਲ ਤਖ਼ਤ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ। ਅਕਾਲ ਤਖ਼ਤ ਸਿਰਫ ਇਮਾਰਤ ਦਾ ਨਾਂ ਨਹੀਂ, ਪਰ ਇਹੀ ਕਾਰਨ ਸੀ ਕਿ ਸਮੇਂ ਸਮੇਂ ਕਦੇ ਮੁਗਲ ਮੱਸਾ ਰੱਖਣ ਲਿਆ ਕੇ ਬਿਠਾ ਦਿੱਤਾ ਹੈ, ਕਦੇ ਅਫਗਾਨ ਉਸ ਨੇ 1761 ਚ ਘੱਲੂਘਾਰਾ ਕੀਤਾ, ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਬਾਰੂਦ ਦੇ ਟੁਕੜਿਆਂ ਨਾਲ ਉਡਾ ਦਿੱਤਾ ਹੈ। ਫਿਰ ਅਸੀਂ ਉਹਦਾ ਫੋਲੋ ਅਪ ਦੇਖਦੇ ਕਿ ਉਸ ਦਾ ਮੁੰਡਾ ਹੈ ਤੈਮੂਰ, ਫਿਰ ਜਹਾਨ ਖਾਨ, ਇਹ ਲੰਬਾ ਇਤਿਹਾਸ ਹੈ। ਕਈ ਵਾਰ 3-4 ਤੋਂ ਜ਼ਿਆਦਾ ਵਾਰ ਉਸ ਦੇ ਉੱਤੇ ਦੁਸ਼ਮਣ ਦੇ ਕਬਜ਼ੇ ਦੀ ਗੱਲ ਹੁੰਦੀ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਅਕਾਲ ਤਖ਼ਤ ਅੱਜ ਵੀ ਔਰ ਇਹਨਾਂ 4 ਸਦੀਆਂ ਚ ਜਿਹੜਾ ਸਫ਼ਰ ਪੰਥ ਨੇ ਤੈਅ ਕੀਤਾ ਹੈ, ਸਾਰੇ ਨੁਮਾਇੰਦੇ ਇਕੱਠ ਨੇ ਔਰ ਉਹਨਾਂ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ। ਮੁਗਲ ਸਾਮਰਾਜ, ਅਫਗਾਨ ਧਾੜਵੀ, ਬ੍ਰਿਟਿਸ਼ ਬਸਤੀਵਾਦੀ ਤੇ ਅੱਜ ਦੇ ਹਿੰਦੂਤਵੀ ਹਾਕਮ, ਕਿਸ ਕਦਰ ਅਕਾਲ ਤਖ਼ਤ ਸਾਡੀ ਸੋਵਰਨਿਟੀ ਚੁੱਭਦੀ ਹੈ, ਉਸ ਨੂੰ ਵੈਸੇ ਡਿਸਟਰੋਏ ਕਰਦੇ ਹਨ ਟੈਂਕਾਂ ਤੋਪਾਂ ਨਾਲ ਜੋ ਜੂਨ 84 ਚ ਕੀਤਾ, ਜਾਂ ਅੱਜ ਜਿਸ ਤਰੀਕੇ ਦੇ ਨਾਲ ਜਥੇਦਾਰ ਥਾਪ ਕੇ ਸਰਕਾਰੀ ਕੰਮ ਸਾਰਾ ਸ਼ੁਰੂ ਕਰਕੇ ਸੌਦਾ ਸਾਹਿਬ ਦੇ ਮੁੱਦੇ ਤੇ ਗੁਰਮਤਾਂ ਕਰਨਾ, ਫਿਰ 2007 ਫਿਰ ਵਾਪਸ ਲੈਣਾ, ਅੱਜ ਹਾਲ ਇਹ ਹੈ। ਔਰ ਇਹ ਆਪਣੇ ਆਪ ਦੇ ਵਿੱਚ ਹੀ ਇਸ ਰਿਐਲਿਟੀ ਨੂੰ ਗਿਆਨ ਕਰਦੇ ਕਿ ਉਹਨਾਂ ਜਥੇਦਾਰਾਂ ਦੀ ਸਿਕਿਉਰਿਟੀ ਜਿਹੜੀ ਹੈ ਪੰਜਾਬ ਪੁਲਿਸ ਵਾਲੇ ਕਰ ਰਹੇ ਨੇ, ਪਰ ਪਿਛਲੇ 5 ਹਫ਼ਤਿਆਂ ਤੋਂ ਕੋਈ ਡੇਅਰ ਵੀ ਨਹੀਂ ਕਰ ਸਕਿਆ ਕਿ ਬਾਹਰ ਆ ਕੇ ਕਿਸੇ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ। ਸੋ ਮੈਂ ਸਮਝਦਾ ਵੀ ਅਕਾਲ ਤਖ਼ਤ ਸਾਹਿਬ ਅੱਜ ਉਸ ਅਗਵਾਈ ਨੂੰ ਦੇਗਾ ਗੁਰੂ ਪੰਥ ਦੇ ਕਾਨਸੈਪਟ ਥੱਲੇ, ਔਰ ਗੁਰੂ ਪੰਥ ਕਿਵੇਂ ਅਕਾਲ ਤਖ਼ਤ ਦੀ ਸਪਿਰਿਟ ਹੈ, ਉਹ ਬੇਸ਼ੱਕ ਬੁੱਢਾ ਜੋੜ ਚ ਬੁੱਢਾ ਦਲ ਦਾ ਛੋਟਾ ਜਥਾ ਡਿਸਾਈਡ ਕਰਦਾ ਵੀ ਮੱਸੇ ਰੰਗੜ ਦਾ ਸਿਰ ਵੱਢਣਾ ਹੈ, ਭਾਈ ਸੁਖਾ ਸਿੰਘ, ਮਹਤਾਬ ਸਿੰਘ ਆ ਜਾਂਦੇ ਨੇ, ਜਾਂ ਕੋਈ ਹੋਰ ਸਿੰਘ ਕਿਤੇ ਬੈਠਾ ਕੋਈ ਡਿਸਾਈਡ ਕਰਦੇ। ਅਕਾਲ ਤਖ਼ਤ ਗੁਰੂ ਪੰਥ ਦੀ ਇੰਡੀਵਿਜੁਅਲ ਖਾਲਸੇ ਦੀ ਸਪਿਰਿਟ ਨੂੰ ਵੀ ਰਿਪ੍ਰੈਜੈਂਟ ਕਰਦਾ ਹੈ, ਉਹ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਹੋਣ। ਤੇ ਅੱਜ ਜਿਸ ਦਿਨ ਅਸੀਂ ਇਸ ਇਕੱਠ ਚ ਜੁੜੇ ਹਾਂ, ਅੱਜ 31 ਅਕਤੂਬਰ ਦਾ ਦਿਨ ਹੈ, ਤੇ ਸਾਡੀਆਂ ਨਜ਼ਰਾਂ ਸਾਹਮਣੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਵੀ ਹੋਣੇ ਚਾਹੀਦੇ ਨੇ ਕਿ ਉਸੇ ਘਾਇਲ ਅਕਾਲ ਤਖ਼ਤ ਦੇ ਸਾਹਮਣੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਆਏ ਸੀ, ਉਸੇ ਘਾਇਲ ਅਕਾਲ ਤਖ਼ਤ ਦੇ ਸਾਹਮਣੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਆਏ ਸੀ, ਤੇ ਫਿਰ ਜਦੋਂ ਮਾਰੀਆਂ ਇੰਦਰਾ ਨੂੰ ਬੇਅੰਤ ਗੋਲੀਆਂ, ਇਹ ਸਾਡੇ ਖਾਲਿਸਤਾਨ ਦੇ ਡੈਕਲਰੇਸ਼ਨ ਦੇ ਵੀ ਸ਼ਬਦ ਨੇ, ਉਹ ਵੀ ਅਕਾਲ ਤਖ਼ਤ ਦੀ ਸਪਿਰਿਟ ਨੂੰ ਇੰਪਲੀਮੈਂਟ ਕਰਨਾ ਸੀ। ਸੋ ਅੱਜ ਇਹ ਸਾਰੀਆਂ ਵਿਚਾਰਾਂ ਜਿਵੇਂ
ਵੀਰ ਜੀ ਨੇ ਹੁਕਮਨਾਮਾ ਔਰ ਉਸ ਦੀ ਬੜੇ ਗੁਰਮਤ ਦੇ ਉਸ ਰੋਸ਼ਨੀ ਦੇ ਵਿੱਚ ਵਿਆਖਿਆ ਕੀਤੀ ਹੈ ਕਿ ਅੱਜ ਆਪਣੇ ਹੰਕਾਰ ਨੂੰ ਛੱਡੀਏ, ਆਪਣੇ ਇਸ ਸਾਰੇ ਨੂੰ ਛੱਡੀਏ ਤੇ ਵੱਡੇ ਧਰਮਘਾਰੇ ਦੀ ਉਸ ਤ੍ਰਾਸਦੀ ਵੇੜੇ ਜਿਹੜਾ ਨਰ ਹੈ ਜਿਹੜਾ ਸਲੋਗਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਦਿੱਤਾ ਸੀ ਕਿ ਮਿਸਲ ਵੰਡ ਅਬ ਕਬੂ ਨਾ ਪਾਓ ਰਲ ਮਿਲ ਕੇ ਇਹ ਪੰਥ ਬਚਾਓ। ਸੋ ਇਹਨਾਂ ਸ਼ਬਦਾਂ ਨਾਲ ਮੈਂ ਜਿੱਥੇ ਪ੍ਰਬੰਧਕਾਂ ਦਾ ਔਰ ਸਾਰੇ ਇੰਡੀਵਿਜੁਅਲ ਜਿਨ੍ਹਾਂ ਨੇ ਪੰਥ ਦੀ ਉਸ ਪੀੜ ਨੂੰ ਸੁਣਦੇ ਹੈ ਇਹ ਮਹਿਸੂਸ ਕੀਤਾ ਹੈ ਕਿ ਅੱਜ ਸਿਰ ਜੋੜ ਕੇ ਬੈਠਣ ਦੀ ਲੋੜ ਹੈ, ਉਹਨਾਂ ਸਭ ਦਾ ਧੰਨਵਾਦ ਕਰਦਾ ਹੈ ਔਰ ਆਸ ਕਰਦਾ ਕਿ ਚੰਗੇ ਗੁਰਮਤ ਰਸਤੇ ਦੀ ਰੋਸ਼ਨੀ ਸਿਰ ਜੋੜ ਕੇ ਬੈਠ ਕੇ ਵਿਚਾਰਾਂ ਕਰਕੇ ਇਸ ਇਕੱਠ ਚੋਂ ਅਸੀਂ ਕੋਈ ਕ੍ਰੀਏਟਿਵ, ਕੋਈ ਕੰਸਟਰਕਟਿਵ, ਕੋਈ ਭਵਿੱਖ ਦਾ ਐਸਾ ਸਟਰਕਚਰ ਜਿਸ ਬਾਰੇ ਅਸੀਂ ਕੁਝ ਦੇ ਸਕੀਏ ਤਾਂ ਕਿ ਅਲਟੀਮੇਟ ਜਿਹੜੀ ਕੌਮ ਦੀ ਡੈਸਟਨੀ ਹੈ, ਪੰਥ ਦੀ ਡੈਸਟਨੀ ਹੈ, ਉਹ ਉਸਨੂੰ ਅਸੀਂ ਜਿਹੜਾ ਉਸ ਤੱਕ ਪਹੁੰਚ ਸਕੀਏ। ਔਰ ਸੰਤ ਨੈਣ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਸ਼ਬਦਾਂ ਨਾਲ ਹੀ ਮੈਂ ਕਲੋਜ਼ ਕਰਾਂਗਾ ਕਿ ਸ਼ਹੀਦਾਂ ਦਾ ਖੂਨ ਪੀ ਕੇ ਨਰਕਧਾਰੀਆਂ ਨੂੰ ਬਾਪੂ ਕਹਿ ਕੇ ਕੇਸਰੀ ਨਿਸ਼ਾਨ ਦੀ ਦੁਰਵਰਤੋਂ ਕਰਕੇ ਜੋ ਆਪਣੀ ਕੁਰਸੀ ਕਾਇਮ ਰੱਖਣਾ ਚਾਹੁੰਦੇ ਖਾਲਸਾ ਜੀ, ਉਸ ਨੂੰ ਤੁਸੀਂ ਪਛਾਣਿਆ ਕਿਸੇ ਵੀ ਪੁੱਜੂ ਪ੍ਰੇਖਣਾ ਦੇ ਜਾਚਣਾ ਵਾਹਿਗੁਰੂ ਜੀ ਕਰ।